ਸਰ ਮੈਂ ਐਸਆਈ ਸੁਰਿੰਦਰ ਸਿੰਘ ਐਸਐਸਟੀ ਟੀਮ ਦਾ ਇੰਚਾਰਜ ਹਾਂ। ਇਹ ਅਸੀਂ ਜਦੋਂ ਜਾਣ ਡਏ ਸਾਂ ਬਰਿਆਲ ਬਾਈਪਾਸ ਤੋਂ ਲਾਗੇ, ਅਤੇ ਉੱਥੇ ਉਸੇ ਵੇਲੇ ਮੌਕੇ 'ਤੇ ਇੱਕ ਵੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਅਤੇ TS ਗਾਰਡਨ ਦੇ ਲਾਗੇ ਕਟੋਏ ਦੇ ਵਿੱਚ ਡਿੱਗ ਪਈ, ਜਿਹਦੇ ਵਿੱਚ ਅਸੀਂ ਮੌਕੇ 'ਤੇ ਗਏ, ਉੱਥੇ ਉੱਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਅਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ, ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਅਤੇ ਤਿੰਨ ਵਿਅਕਤੀ ਸਨ, ਦੋ ਨੌਜਵਾਨ ਸਨ, ਤਿੰਨ ਬਜ਼ੁਰਗ ਸਨ, ਅਤੇ ਜਿਨ੍ਹਾਂ ਦੇ ਵਿੱਚੋਂ ਦੋਵਾਂ, ਇੱਕ ਨੌਜਵਾਨ ਦੀ ਲੱਤ ਅਤੇ ਬਾਂਹ ਟੁੱਟ ਗਈ ਆ, ਇੱਕ ਔਰਤ ਦੀ ਵੀ ਬਾਂਹ ਟੁੱਟੀ ਆ, ਅਤੇ ਇੱਕ ਮਾਤਾ ਦੇ ਬੈਕ ਦੇ ਵਿੱਚ ਇੰਜਰੀ ਹੋਈ ਆ, ਜਿਨ੍ਹਾਂ ਨੂੰ ਤਿੰਨਾਂ ਜਣਿਆਂ ਨੂੰ ਐਂਬੂਲੈਂਸ ਸੱਦੀ ਗਈ, ਤਿੰਨਾਂ ਦੋਵਾਂ ਜਣਿਆਂ ਨੂੰ ਐਂਬੂਲੈਂਸ ਦੇ ਅਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਬਿਠਾਲ ਕੇ ਅਤੇ ਹੋਸਪਿਟਲ ਜਿਹੜਾ ਐਡਮਿਟ ਕਰਾ ਕੇ ਆਏ। ਇਹ ਸਰ ਨੂਰਪੁਰ ਹਿਮਾਚਲ ਤੋਂ ਆ ਰਹੇ ਸੀ ਅਤੇ ਅੰਮ੍ਰਿਤਸਰ ਦੇ ਨਿਵਾਸੀ ਆ ਅਤੇ ਅੰਮ੍ਰਿਤਸਰ ਜਾਣਾ ਸੀ ਇਹਨਾਂ। ਮੇਰਾ ਨਾਮ ਜਤਿੰਦਰ ਹੈ, ਨੂਰਪੁਰ ਤੋਂ ਵਾਪਸ ਆ ਰਹੇ ਸੀ, ਗੱਡੀ ਚੱਲਣ ਲਈ ਕੰਟਰੋਲ ਥੋੜ੍ਹੀ ਬਾਹਰ ਹੋ ਗਈ। ਅੰਮ੍ਰਿਤਸਰ ਦੇ ਨੂਰਪੁਰ ਕੰਮ ਗਏ, ਮੱਥਾ ਟੇਕਣ ਗਏ ਸੀ। ਵਾਪਸ ਆ ਰਹੇ ਕੀ ਹੋਇਆ? ਮੋੜ 'ਤੇ ਸੀ ਗੱਡੀ, ਥੋੜ੍ਹੀ ਜਿਹੀ ਬਾਅਦ ਸ਼ਾਇਦ ਪੂਰੀ ਕੰਟਰੋਲ ਨਹੀਂ ਹੋ ਪਾਈ। ਫਟ ਗਈ? ਨਹੀਂ, ਅਗਰ ਸਰ ਦੇ ਸਾਈਡ 'ਤੇ ਟੋਇਆ ਜਿਹਾ ਸੀ ਉਹ ਸੋਚਿਆ। ਕਿੰਨਿਆਂ ਦੇ ਲੱਗੇ? ਤਿੰਨ ਜਣਿਆਂ ਦੇ। ਕਿੰਨੇ ਜਣੇ ਸਵਾਰ? ਪੰਜ ਜਣੇ। ਕੌਣ ਕੌਣ? ਸੱਟ ਕਿਤੇ ਕਿਤੇ ਲੋਕ? ਘਰ ਦੇ ਸਾਰੇ ਜੀ, ਮੈਂ ਮੰਮੀ ਸਿਸਟਰ ਦੇ ਪੇਮੈਂਟ। ਤਿੰਨ ਜਣੇ?